ਤੇ ਉਦੋਂ ਵੀ ਸਾਡੇ ਨਾਲ ਬੜੀ ਮਾੜੀ ਹੋਈ ਅੱਜ ਕਬੱਡੀ ਦੇ ਵੀ ਇਹ ਸਾਡੇ ਹੀ ਵੱਡੇ ਵਡੇਰੇ ਨੇ ਕ੍ਰਿਕਟ ਵਿੱਚ ਜਿੱਦਾਂ ਤੁਹਾਡੀ ਟੀਮ ਬੇਸਟ ਹੋਈ ਹੈ ਨਾ ਕੋਈ ਟੀਮ ਹੀ ਨਹੀਂ ਬੇਸਟ ਹੋਈ ਬਸ ਬੈਲ ਹੋ ਜਾਂਦੀ ਹੈ ਕਿਸੇ ਵੀ ਟਾਈਮ ਬਦਲੇ ਦੀ ਕੋਈ ਬੜੀ ਗੱਲ ਹਾਲਾਂਕਿ ਉਸ ਟਾਈਮ ਸਾਡੀ ਟੀਮ ਜਿਹੜੀ ਤੂੰ ਉਹਦੇ ਨਾਲ ਤਕਰੀਬਨ ਤਹਿਸੀਲ ਦੀਆਂ ਬੈਸਟ ਟੀਮਾਂ ਸੀ ਤੂੰ ਉਦੋਂ ਆਪ ਆ ਜਾਂਦਾ ਨਾ ਉਹ ਛੱਕਾ ਮੈਂ ਅਸਲ ਛੱਕਾ ਜਿਹੜਾ ਆਹੀ ਓਵਰ ਚ ਆ ਕੇ ਇੱਕ ਅੱਧਾ ਤੂੰ ਮਾਰਿਆ ਉਹ ਤੂੰ ਸ਼ੁਰੂ ਤੋਂ ਜਦੋਂ ਸਟਾਰਟਿੰਗ ਆ ਕੇ ਮਾਰ ਟੀਮ ਤੁਰ ਪੈਂਦੀ ਪਤਾ ਕੀ ਸੀ ਮੇਰਾ ਇਹ ਜਿਹਨ ਸੀ ਹਾਲਾਂਕਿ ਮੈਂ ਉਸ ਟਾਈਮ ਦਾ ਆਪਣੀ ਟੀਮ ਦਾ ਬਿਹਤਰੀਨ ਆ ਰਹਾਂ ਚਾਹੁੰਦਾ ਬਹਰਹਾਲ ਮੈਨੂੰ ਇਹ ਸੀ ਕਿ ਰਿਸ਼ਤੇਦਾਰੀ ਦਾ ਮਸਲਾ ਇੱਥੇ ਰਿਸ਼ਤੇਦਾਰਾਂ ਦੇ ਪਿੰਡ 'ਚ ਆ ਕੇ ਮੈਂ ਬਾਕੀ ਪਲੇਅਰਾਂ ਨੂੰ ਜ਼ਿਆਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਕਿ ਯਾਰ ਇਹ ਕਹਿਣਾ ਉੱਥੇ ਜਾ ਕੇ ਜੀ ਗਰਾਇਆ ਸਾਹਿਬ ਨੇ ਲੰਬੜਦਾਰੀ ਕੀਤੀ ਇਸ ਵਜ੍ਹਾ ਦਾ ਮੈਂ ਹਾਲਾਂਕਿ ਮੈਂ ਅਟੈਕਰ ਬੋਲਰ ਸਾਹਿਬ ਮਤਲਬ ਸਾਡੀ ਕਿਤੇ ਵੀ ਟੀਮ ਬੋਲਿੰਗ ਮੇਰੀ ਬੋਲਿੰਗ ਤੇਰੀ ਚੰਗੀ ਸੀ ਤੂੰ ਇੱਥੇ ਨਾ ਇੱਕ ਵਾਰੀ ਆਇਆ ਹੈ ਪਿੰਡ ਸਾਡੇ ਤੇ ਉੱਥੇ ਯਾਦ ਤੈਨੂੰ ਵੀ ਪਤਾ ਹੀ ਤੈਨੂੰ ਯਾਦ ਹੋਏਗਾ ਸ਼ਾਇਦ ਨਹੀਂ ਸੀ ਕਰਾਈ ਜਾਂ ਸ਼ਾਇਦ ਇੱਕ ਨਹੀਂ ਸੀ ਕਰਵਾਈ ਹੈ ਇੱਥੇ ਜਦੋਂ ਆਏ ਆ ਬੈਟਿੰਗ ਲਈ ਮੈਂ ਲਾਸਟ ਮੈਨ ਆਇਆ ਸਾਂ ਬਲੇ ਦੇ ਕੋਲ ਖੇਡਦੇ ਹਾਂ ਪੈਵਰਾ ਘਰਾਂ ਦੇ ਕੋਲ ਹੀ ਵਿਕਟ ਬਣੀ ਸੀ ਉੱਥੇ ਤੂੰ ਕਰਵਾਈ ਸੀ ਬੋਲ ਛੋਟੀ ਜੀ ਵਿਕਟ ਛੋਟੀ ਜੀ ਗਰਾਊਂਡ ਸੀ ਤੇ ਉੱਥੇ ਕਰਵਾਈ ਹੈ ਤੂੰ ਬੋਲਿੰਗ ਇਹਨਾਂ ਪਿੰਡ ਵਾਲਿਆਂ ਪਹਿਲੀ ਵਾਰੀ ਉਹਦਾ ਵੇਖਿਆ ਤੈਨੂੰ ਤਾਂ ਸ਼ਾਨਦਾਰਾਂ ਖੇਡਦੇ ਸ਼ਾਨਦਾਰ ਸਾਡਾ ਅਟੈਕ ਬੋਲਰ ਪਹਿਲਾ ਦੂਜਾ ਓਵਰ ਕਰਵਾਉਂਦਾ ਰਿਹਾ ਉਹਨੇ ਕੀਤੀ ਤਰੀਫ ਯਾਰ ਬਲਾ ਹੈ ਬੰਦਾ ਉਹ ਅਸਲ ਵਿੱਚ ਤੇਰੀ ਗੇਮ ਹੁੰਦੀ ਸੀ ਫਾਸਟ ਵੀ ਤੇ ਮੂਵ ਵੀ ਸੀ ਟੈਂਥ ਵਿੱਚ ਇਹ ਚੀਜ਼ ਕੋਈ ਨਹੀਂ ਹੁੰਦੀ ਮੈਂ ਫਿਰ ਇਹ ਸੀ ਕਿ ਮਤਲਬ ਦੋਵੇਂ ਸਵਿੰਗਾਂ ਕਰਾਉਂਦਾ ਸਾਂ ਆਊਟ ਸਵਿੰਗ ਟੈਂਥ ਵਿੱਚ ਮੈਂ ਸਵਿੰਗ ਕਰਦੇ ਬਹੁਤ ਹੀ ਘੱਟ ਸਪਿਨ ਚ ਹੈ ਕੋਈ ਕਰ ਲਵੇ ਫਾਸਟ ਵਿੱਚ ਨਹੀਂ ਹੁੰਦੀ ਦੂਸਰਾ ਇਹ ਸੀ ਕਿ ਉਸ ਟਾਈਮ ਇੰਨੀ ਪ੍ਰੈਕਟਿਸ ਚ ਸਾਂ ਮੈਂ ਕਿ ਯਕੀਨ ਕਰਕੇ ਮੰਨੀ ਇੱਕ ਉਹ ਵੀ ਟਾਈਮ ਸੀ ਕਿ ਮੈਂ ਦੱਸਾਂ ਤੁਸੀਂ ਵਿਕਟ ਦੇ ਉੱਤੇ ਆ 10 ਪੈਸੇ ਰੱਖੋ ਉਹਦੇ ਉੱਤੇ ਟੱਪਾ ਮਾਰਾਂਗਾ ਔਰ ਮੈਨੂੰ ਇਹ ਰੂਟਰ ਸ਼ੂਟਰ ਕਰਨ ਦੀ ਜਿਹੜਾ ਅੱਜ ਕੱਲ੍ਹ 2 ਨੰਬਰੀ ਚੱਲੀ ਹੈ ਗੁੱਡ ਸ਼ਟ ਮਾਰਨ ਦੀ ਇਹਦੀ ਜਾਚ ਹੀ ਨਹੀਂ ਆਈ ਸਾਰੀ ਦਿਨ ਜੇ ਸਿੱਖੇ ਕੁਦਰਤੀ ਇਹ ਬੋਲਿੰਗ ਫਿਰ ਇਹ ਕਿਸੇ ਸਿਖਾਈ ਨਹੀਂ ਸੀ ਮਤਲਬ ਇਹ ਕੁਦਰਤੀ ਕਹਿ ਲਾ ਕਿ ਨੈਚੁਰਲੀ ਇਹ ਪਾਇਆ ਸੀ ਸਪੋਰਟਸਮੈਨ ਹਰ ਲਿਹਾਜ਼ ਨਾਲ ਫੁੱਟਬਾਲ ਉਹ ਵੀ ਅੱਛਾ ਖੇਡ ਲੈਂਦਾ ਸਾਂ ਕਬੱਡੀ ਕ੍ਰਿਕਟ ਉਸ ਤੋਂ ਇਲਾਵਾ ਮਤਲਬ ਅਗਰ ਮੈਂ ਟਰਾਈ ਕਰਦਾ ਤਾਂ ਐਥਲੀਟ ਉਹ ਵੀ ਮੈਂ ਕਾਫੀ ਅੱਛੀ ਸੀ ਮੇਰੀ ਇਹ ਦੌੜ ਦੇ ਵਿੱਚ ਵਾਈਟ ਤੇਰੇ ਜਾਂਦੇ ਹੁੰਦੇ ਸਨ ਵਾਈਟ ਜਾਂਦੇ ਹੁੰਦੇ ਸਨ ਵਾਈਟ ਹੁੰਦੇ ਸਨ ਮੈਨੂੰ ਪਿਪਲੀ ਵਾਲੇ ਅਬਦਰਮਾਨ ਵੀ ਉਹਨਾਂ ਦੱਸਿਆ ਸੀ ਉਦੋਂ ਜਿਹੜਾ ਨਾ ਪੁਰਾਣੀ ਗੱਲ ਗੋਲਡ ਲੈਂਥ ਤੇ ਸ਼ਾਰਟ ਜਿਹੜੀਆਂ ਮਾਰਦਾ ਹਨਾ ਗੇਂਦਾਂ ਮੈਂ ਸਪੀਡ ਬਹੁਤ ਜ਼ਿਆਦਾ ਉਹ ਯਾਰ ਬੰਦੇ ਤੋਂ ਔਰ ਜਦੋਂ ਜ਼ੋਰ ਲਾ ਕੇ ਸ਼ਾਟ ਮਾਰਦਾ ਅਕਸਰ ਫਿਰ ਉਹ ਆਫ ਸਾਈਡ ਤੇ ਵਾਈ ਉਹਨਾਂ ਨਾਲ ਹੋਈ ਗੱਲ ਮੈਂ ਆਖਿਆ ਜੀ ਸ਼ਾਹ ਗਰਾਇਆ ਤਾਂ ਆਖਣ ਲੱਗੇ ਸੀ ਕ੍ਰਿਕਟ ਖੇਡ ਦੇਣਾ ਮੈਂ ਚੰਗੀ ਕ੍ਰਿਕਟ ਖੇਡਦਾ ਤੋਂ ਪਹਿਲਾਂ ਮੈਂ ਨਹੀਂ ਦਿੰਦੇ ਐਂਡ ਬਾਲਿੰਗ ਬੜੀ ਚੰਗੀ ਕਰਦਾ ਫਾਸਟ ਬੜੀ ਮੂਵ ਤੇਜ਼ ਗੇਂਦ ਹੁੰਦੀ ਹੈ ਪਰ ਵਾਈਟਾਂ ਦੇ ਜਦੋਂ ਸ਼ੁਰੂ ਹੋ ਜਾਂਦਾ ਨਾ ਫਿਰ ਰੌਲੇ ਪਾਉਂਦਾ ਹੈ ਵਾਈਟ ਬੜੇ ਸੁੱਟਦਾ ਹੈ ਇੰਨੇ ਜ਼ਿਆਦਾ ਵੀ ਨਹੀਂ ਹੁੰਦੇ ਪਰ ਲੋ ਆਉਂਦੇ ਸਨ ਪਏ ਆਉਂਦੇ ਮੈਂ ਕਿ ਵਾਈਟ ਬੜੇ ਸੁੱਟਦਾ ਹੈ ਜ਼ਰੂਰ ਵਾਈਟ ਹੁੰਦੇ ਸਨ ਲੇਕਿਨ ਇੰਨੇ ਜ਼ਿਆਦਾ ਨਹੀਂ ਜਿੰਨੇ ਉਹ ਕਹਿ ਹੁੰਦੇ ਆ ਉਹਦੇ 'ਚ ਵੀ ਬਾਅਦ ਦਫ਼ਾ ਫਿਰ ਬਹੁਤ ਜ਼ਿਆਦਾ ਜ਼ੋਰ ਲਾਈਦਾ ਹਾਲਾਂਕਿ ਇਸ ਤਰ੍ਹਾਂ ਬੋਲਿੰਗ ਜਿੰਨੀ ਦੇਰ ਪੂਰਾ ਤੁਹਾਡਾ ਕੰਟਰੋਲ ਨਹੀਂ ਜ਼ੋਰ ਲਾਉਣਾ ਹੀ ਨਹੀਂ ਚਾਹੀਦਾ ਅਕਸਰ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਕੋਈ 2-4 ਮਹੀਨੇ ਛੱਡ ਕੇ ਖੇਡਦਾ ਤਾ ਨਾ ਅਤੇ ਪਤਾ ਗਰਮੀ ਦੇ ਸੀਜ਼ਨ 'ਚ ਆ ਕੇ ਜਦੋਂ ਮੁੰਜੀ ਛੁੰਜੀ ਦਾ ਇਹਨਾਂ ਦਿਨਾਂ 'ਚ ਛੱਡਣੀ ਪੈਂਦੀ ਕੰਮ ਸ਼ੰਮ ਘਾਟਦੇ ਨਹੀਂ ਸੀ ਮੁੱਕਦਾ ਤੋ ਜਦੋਂ ਦੁਬਾਰਾ ਫਿਰ ਜਾਣਾ ਉਹ ਪਹਿਲੇ 1-2 ਮੈਚਾਂ 'ਚ ਇੰਜ ਹੁੰਦਾ ਸੀ ਕਿ 2-2, 4-4 ਵਾਈਟ ਫਿਰ ਜਦੋਂ ਪ੍ਰੈਕਟਿਸ 'ਚ ਆ ਜਾਈਦਾ ਸੀ ਗੇਮ 'ਚ ਇਹਦੇ ਪਿੰਡ ਵੀ ਖੇਡਿਆ ਕਬੱਡੀ ਕਿੱਥੇ ਇੱਥੇ ਤੁਹਾਡੇ ਪਿੰਡ ਹਾਂ ਵੱਡੀ ਹਾਂ ਨਹੀਂ ਇੱਥੇ ਨਹੀਂ ਖੇਡਾਂ ਮੇਰਾ ਹਾਲੇ ਕਬੱਡੀ ਇੱਥੇ ਨਹੀਂ ਮੇਰਾ ਪਿਆਰ ਮੈਨੂੰ ਨਹੀਂ ਯਾਦ ਆਦੋਰੇ ਖੇਡਿਆ ਹਰਨਾਲ ਹੀ ਖੇਡਿਆ ਇੱਥੇ ਗੁਜਰਾਂ ਖਿਆਲੀ ਖੇਡਿਆ ਖਿਆਲੀ ਤੋਂ ਪਰਾਂ ਉਹ ਨਿਸ਼ਾਰਾ ਸਾਂਸੀ ਖੇਡਿਆ ਫਿਰ ਉੱਧਰਲੇ ਪਿੰਡਾਂ 'ਚ ਬਾਕੀ ਆਪਣੇ ਸਾਰੀ ਯੂਨੀਅਨ ਕੌਂਸਲ 'ਚ ਤਕਰੀਬਨ ਮੇਲੇ ਲੱਗਦੇ ਨੇ ਹਰ ਪਿੰਡ ਦੀ ਸੀਜ਼ਨ 'ਚ ਆ ਕੇ ਗਰਮੀ ਉਹ ਟੋਟਲ ਹੀ ਲਾਲਾਪੁਰ ਮਾਈਆ ਉਸ ਤੋਂ ਇਲਾਵਾ ਜਾਜੋ ਕੀ ਹਰਚੋ ਕੀ ਰੱਤਾ ਪਰ ਚੱਕਪੁਰੀਆਂ ਹੁੰਦੀ ਸੀ ਉਹ ਮੇਲੇ ਦੀ ਤਾਂ ਕਬੱਡੀ ਨਹੀਂ ਵੈਸੇ ਸਾਲਾਨਾ ਪ੍ਰੋਗਰਾਮ ਇੱਕ ਉਹ ਕਰਾਉਂਦੇ ਹੁੰਦੇ ਸਨ ਉਹਦੇ 'ਚ 1-2 ਦਫ਼ਾ ਫਿਰ ਲੰਜੀ ਤੁੰਗੀ ਮਾੜੀ ਮੰਗੋ ਕੀ ਬੱਲੋ ਕੀ ਉੱਧਰ ਨੂੰ ਸ਼ੇਖਪੁਰੇ ਵਾਲੀ ਸਾਈਡ 'ਤੇ ਜ਼ਿਆਦਾ ਨਸ਼ਹਿਰੇ ਬੜੀ ਦਫ਼ਾ
ਤੇ ਮੈਨੂੰ ਅੱਛਾ ਅਸਲ ਮੈਂ ਇਹ ਗੇਮਾਂ ਉਦੋਂ ਜ਼ਾਇਆ ਹੋਈਆਂ ਨੇ ਕਦੀ ਫਸਿਆ ਵੀ ਕੀ ਮਤਲਬ ਕਿ ਕਦੀ ਕਬੱਡੀ ਖੇਡਣ ਗਿਆ ਹੋਵੇ ਤੇ ਅਗਲਾ ਬੰਦਾ ਭਾਰਾ ਅੱਡਾ ਨਿਕਲ ਆਵੇ ਬੰਦਾ ਯਾਰ ਕਿਹੜੀ ਬਲਾ ਦੇ ਟਾਈਮ ਚੜ ਗਿਆ ਇਹ ਕਦੀ ਨਹੀਂ ਬੜੀ ਵਾਰੀ ਦੇਖਿਆ ਮੈਂ ਸਾਹ ਪਾਉਂਦਾ ਸਾਂ ਤੇ ਮੈਂ ਕਦੀ ਇਹ ਨਹੀਂ ਸੀ ਸੋਚਿਆ ਵੀ ਵੇਖੋ ਜੀ ਮੈਂ ਹੁਣ ਸਾਹ ਪਾਉਣ ਗਿਆ ਉਹਦੇ ਜਿਹੜਾ ਮਰਜ਼ੀ ਭਾਵੇਂ ਹਾਥੀ ਵਰਗਾ ਆ ਜੇ ਤੇ ਭਾਵੇਂ ਚਿੰਟੀ ਵਰਗਾ ਆ ਜੇ ਮੈਂ ਤੇ ਉੱਥੇ ਜਾ ਕੇ ਖਲੋਤਾ ਹਾਂ ਮੇਰਾ ਤੇ ਔਰ ਮੈਂ ਆਉਣ ਵਾਲੇ ਨੂੰ ਕਦੀ ਨਹੀਂ ਸੀ ਵੇਖਿਆ ਵੀ ਇਹ ਕਿੱਡਾ ਤਗੜਾ ਜਾਂ ਕਿੱਡਾ ਮਾੜਾ ਮੈਨੂੰ ਤੇ ਇੰਨਾ ਪਤਾ ਸੀ ਬਸ ਮੈਂ ਸਾਹ ਪਾਉਣਾ ਔਰ ਇੰਨੇ ਯਕੀਨ ਨਾਲ ਅਕਸਰ ਮੈਂ ਖੇਡਦਾ ਹਾਂ ਕਿ ਜਿਹੜੇ ਹਮ ਉਮਰ ਜਾਂ ਛੋਟੀ ਉਮਰ ਦੇ ਜਾਫੀ ਜੁਫੀ ਹੁੰਦੇ ਸਗੋਂ ਉਹਨਾਂ ਤੋਂ ਮੈਨੂੰ ਡਰ ਆਉਂਦਾ ਜਿਹੜੇ ਮੇਰੇ ਤੋਂ ਸੀਨੀਅਰ ਸਮਝਦਾ ਨਾ ਉਹਨਾਂ ਅੱਗੇ ਮੈਂ ਪ੍ਰੈਸ਼ਰਾਈਜ਼ ਹੁੰਦਾ ਹੀ ਨਹੀਂ ਸਮਝਿਆ ਕਿਉਂਕਿ ਉਹਨਾਂ ਕੋਲੋਂ ਤੇ ਨਿਕਲਣ ਲੱਗਿਆ ਮੈਨੂੰ ਬੜਾ ਫਖਰ ਵੀ ਹੁੰਦਾ ਸੀ ਨਿਕਲਦਾ ਵੀ ਸਾਂ ਔਰ ਦੂਸਰੀ ਗੱਲ ਇਹ ਸੀ ਕਿ ਅਗਰ ਤੁਹਾਡੇ ਤੋਂ ਸੀਨੀਅਰ ਕੋਈ ਤੁਹਾਨੂੰ ਫੜ ਵੀ ਲਏ ਤੇ ਉਹਦੇ ਤੁਹਾਡੀ ਓਨੀ ਬੇਇੱਜ਼ਤੀ ਨਹੀਂ ਮੈਂ ਹੁੰਦੇ ਹੀ ਨਾ ਇਨਸਲਟ ਵੀ ਥੋੜ੍ਹੀ ਜਿਹੀ ਪਲੇਅਰ ਦੀ ਜਾਂ ਫਿਰ ਉਹ ਪਰੇਸ਼ਾਨ ਹੋ ਜਾਂਦਾ ਲੇਕਿਨ ਜਿਹੜਾ ਹੈ ਤੁਹਾਡੇ ਨਾਲੋਂ ਸੀਨੀਅਰ ਉਹਦੇ ਕੋਲੋਂ ਨਿਕਲੋ ਤੇ ਡਬਲ ਵੈਲਿਊ ਜ਼ਿਆਦਾ ਇੱਜ਼ਤ ਅਗਰ ਫੜੇ ਵੀ ਜਾਓ ਤੇ ਉਹਦੇ ਕੋਲੋਂ ਕੁਛ ਨਾ ਕੁਛ ਤਾਂ ਸਿੱਖਣ ਲਈ ਮਿਲ ਜਾਂਦਾ ਉਹ ਬੰਦਾ ਇੰਨਾ ਮਾਯੂਸ ਨਹੀਂ ਹੁੰਦਾ ਵੀ ਤੁਹਾਡੇ ਤੋਂ ਛੋਟਾ ਜਾਂ ਛੋਟਾ ਪਲੇਅਰ ਹੈ ਜਾਂ ਇਹ 'ਚ ਛੋਟਾ ਹੈ ਕੋਈ ਉਹਦੇ ਵਜ੍ਹਾ ਤੋਂ ਫਿਰ ਥੋੜ੍ਹਾ ਜਿਹਾ ਮਸਲਾ ਬਣ ਸਕਦਾ ਸੀ